आ देखो जी 10 सितंबर 2023 सतवें का देखो किवें गंदा पानी, वह तुम देख रहे हो कि गंदा पानी है जो कि 71 वालों छड़िया जा रहा है। पाइप लगी हुई है, उस तो परे 71 सेक्टर है। तो इन्हों का कहना है कि जोड़े इल्जाम ला रहे हैं कि इतों पानी चक के 7 फेज के 3 फेज के 71 सैक्टर सीटा जा रहा। जज साहब ने 6 महीने का टाइम दिता कॉर्पोरेशन के कमांडर झाड़ पाते हुए इन्नी गल कही थी भी 6 महीने के हल किया जाना चाहिए। सानू पता जब कोर्ट के ऑर्डर होंगे तो चाहे सरकार कॉर्पोरेशन नॉर्मल बंदे की ना सुन पर सरकार की बड़ी बेहतरी ना सुनते हैं। ठीक है, उन्होंने 6 महीने का टाइम दिता, 6 महीने के इन्होंने पंप ला के गमाडा वालों भेज दिता गया जज साहब सीसी करके भी असी इतने टैंक ला के पानी कढ़ता। ठीक है जी, मान लिया पानी कढ़ता, पर पानी कढ़ के तुसी इन्हों तो बचा लिया, तुसी अगला सैक्टर डबोता। एक्चुअली जी चक्कर की सीगा, असी इतने रह रहे 94-95 तो मोहाले, उदों तो लैके 2017 तक कदे भी 71 च पानी नहीं आया, चाहे जिन्ने मर्जी बरसात हुई है जिन्ना मर्जी जो कुछ होया कदे अज तक साढ़े पानी नहीं आया। तुसी वीडियो बना रहे सीगे पहला, वीडियो कद ले भाजी? मैं भी अपने अफसरों को दिखा देंगे भाई, इदा इदा की गल है, तुसी आ चीज का जवाब करो। हाँ जी भाजी, चीज का जवाब दे। हर चीज़ का मतलब आप की पूछना चाहते हो सर? वीडियो और प्रूफ रख रहे हो, इस बारे दसो तुसी, ये जिहड़ी चीज़ है ये चीज़ तुसी सारा सारे किसे दा जवाब दे, ये क्यों हो रहा, पानी क्यों जा रहे हैं? देखो जब वध पे बारिश पेगी तो पानी और फ्लो होएगा ही होएगा, इतने स्टोर वास्ते नहीं बनाया हुआ है पानी। ਤੇ ਉਹਨਾਂ ਇਹ ਇੱਥੇ ਕਾਨੂੰਨ ਤੌਰ ਤੇ ਤੁਹਾਨੂੰ ਇਹ ਹੱਕ ਹੈ ਡਿੱਗ ਬਣਾਉਣ ਦਾ ਹੈਗਾ ਕਾਨੂੰਨ ਤੌਰ? ਨਹੀਂ ਬਣਾਇਆ ਭਾਜੀ, ਮੈਂ ਨਹੀਂ ਬਣਾਇਆ। ਤੁਸੀਂ ਜਵਾਬ ਦੇ ਹੋ, ਤੁਸੀਂ ਵੀਡੀਓ ਰਿਕਾਰਡ ਕਰਦੇ ਹੋ? ਭਾਜੀ ਮੈਂ ਨਹੀਂ ਬਣਾਇਆ, ਸਰਕਾਰ ਦਾ ਬਣਾਇਆ ਹੋਇਆ। ਨਹੀਂ ਹੈਗਾ ਹੱਕ ਹੈਗਾ? ਨਹੀਂ ਹੈ ਨਹੀਂ। ਇਹਨਾਂ ਨੇ ਪੰਪ ਲਾਏ 3 ਫੇਸ 7 ਫੇਸ ਨੂੰ ਬਚਾਇਆ, ਪਰ ਘੱਟੋ ਘੱਟ ਸਾਨੂੰ ਅਫੈਕਟਡ ਤਾਂ ਨਾ ਕਰਦੇ। ਪਤਾ ਡਿਊਟੀ ਵਾਲੇ ਬੰਦੇ ਲੇਬਰ ਬੰਦੇ ਸਾਡਾ, ਤੇ ਇਹਦੇ 'ਚ ਕੋਈ ਹੱਥ ਨਹੀਂ, ਸਾਡੀ ਤਾਂ ਡਿਊਟੀ ਹੈ, ਅਸੀਂ ਤਾਂ ਚਲਾ ਰਹੇ ਨੇ। ਅੱਜ ਮੈਨੂੰ ਬੜੀ ਹੀ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਅਸੀਂ 71 ਵਰਗੇ ਐਡੇ ਡਿਵੈਲਪ ਸੈਕਟਰ 'ਚ ਰਹਿ ਰਹੇ ਹਾਂ, ਸਾਡਾ ਪਿੰਡਾਂ ਨਾਲੋਂ ਬੱਤਰ ਹਾਲ ਹੋਇਆ ਪਿਆ। ਉਹ ਆਪਣੇ ਆਰਡਰ ਹੋਇਆ ਹੋਇਆ ਵੀ ਜਿੰਨੀਆਂ ਵੀ ਸੜਕਾਂ ਬਣਨਗੀਆਂ ਇਹ ਪੱਟ ਕੇ ਫਿਰ ਬਣਨਗੀਆਂ। ਆਪਣੇ ਇੱਥੇ ਕੀ ਚੱਲ ਰਿਹਾ, ਸੜਕਾਂ ਉੱਪਰ ਹੋਰ ਸੜਕਾਂ ਉੱਪਰ ਬਣਾਈ ਜਾਂਦੇ ਆ, ਕੋਠੀਆਂ ਨੀਵੀਆਂ ਹੋਈ ਜਾਂਦੀਆਂ ਅਤੇ ਅਸੀਂ ਡੁੱਬਣਾ ਹੀ ਹੈ ਜੀ। ਪੰਜਾਬੀ ਲੋਕ ਚੈਨਲ ਦੇ ਨਾਲ ਤੁਸੀਂ ਜੁੜੇ ਹੋ, ਮੈਂ ਤੁਹਾਡੇ ਨਾਲ ਜਗਸੀਰ ਸਿੰਘ ਇਸ ਵਕਤ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੈਕਟਰ 71 ਤੋਂ, ਤਾਂ 7 ਫੇਸ ਤੋਂ ਜਿੱਥੇ ਕਿ ਲੋਕਾਂ ਨੂੰ ਕਹਿੰਦੇ ਪਰੇਸ਼ਾਨੀ ਆ ਰਹੀ ਹੈ, ਇੱਕ ਸੈਕਟਰ ਦੇ ਵਿੱਚੋਂ ਪਾਣੀ ਚੱਕ ਕੇ ਦੂਜੇ ਸੈਕਟਰ ਦੇ ਵਿੱਚ ਪਾਈ ਜਾ ਰਹੇ ਨੇ, ਤਾਂ ਇਹ ਕਹਿੰਦੇ ਇਸ ਤਰੀਕੇ ਦੇ ਨਾਲ ਧੱਕਾ ਕੀਤਾ ਜਾ ਰਿਹਾ। ਪਹਿਲਾਂ ਮੈਂ ਤੁਹਾਨੂੰ ਇੱਕ ਪਾਈਪ ਦਿਖਾ ਦਿੰਦਾ ਜਿਹੜੀ ਰੋਡ ਦੇ ਉੱਤੇ ਲੱਗੀ ਹੋਈ ਹੈ, ਪਰ ਇਸ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸਲ ਦੇ ਵਿੱਚ ਕਿਵੇਂ ਪਾਣੀ ਇੱਥੋਂ ਚੱਕ ਕੇ ਦੂਜੇ ਸੈਕਟਰ ਦੇ ਵਿੱਚ ਪਾਇਆ ਜਾ ਰਿਹਾ। ਸਾਹਮਣੇ ਪਾਈਪ ਲੱਗੀ ਹੋਈ ਹੈ, ਉਸ ਤੋਂ ਪਰੇ 71 ਸੈਕਟਰ ਹੈਗਾ। ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਇਲਜ਼ਾਮ ਲਾ ਰਹੇ ਨੇ ਕਿ ਇੱਥੋਂ ਪਾਣੀ ਚੱਕ ਕੇ 7 ਫੇਸ ਦੇ ਵਿੱਚੋਂ 3 ਫੇਸ ਦੇ ਵਿੱਚੋਂ ਤਾਂ 71 ਸੈਕਟਰ ਸਿੱਟਿਆ ਜਾ ਰਿਹਾ, ਉੱਥੇ ਸਾਡੇ ਘਰ ਡੁੱਬਦੇ ਨੇ, ਸਾਡੀਆਂ ਗੱਡੀਆਂ ਡੁੱਬਦੀਆਂ ਨੇ, ਤਾਂ ਬਹੁਤ ਜ਼ਿਆਦਾ ਪਾਣੀ ਖੜ੍ਹ ਜਾਂਦਾ। ਤਾਂ ਇੱਕ ਤੁਹਾਨੂੰ ਦਿਖਾਵਾਂਗਾ ਕਿ ਇੱਥੇ ਸਟੋਰ ਵੀ ਕੀਤਾ ਗਿਆ ਪਾਣੀ, ਕਿਉਂਕਿ ਜਦੋਂ ਮੀਂਹ ਪੈਂਦਾ ਇੱਕ ਇੱਥੇ ਵੱਡਾ ਟੈਂਕ ਜਿਹੜਾ ਬਣਾਇਆ ਗਿਆ, ਵੱਡੀ ਡਿੱਗੀ ਜਿਹੜੀ ਡਿੱਗ ਕਹਿ ਸਕਦੇ ਹਾਂ ਜਿਹਨੂੰ ਵੱਡਾ, ਉਹ ਬਣਾਇਆ ਗਿਆ, ਕਾਫੀ ਵੱਡਾ ਹੈ, ਤਾਂ ਤੁਸੀਂ ਦੇਖ ਸਕਦੇ ਹੋ ਤਕਰੀਬਨ 30-40 ਫੁੱਟ ਲੰਬਾ ਹੈ, ਤਾਂ 20 ਫੁੱਟ ਜਿਹੜਾ ਚੌੜਾਈ ਦੇ ਵਿੱਚ ਹੈ। ਇਸ ਤਰੀਕੇ ਦੇ ਨਾਲ ਇਹ ਬਣਾਇਆ ਗਿਆ, ਆਟੋਮੈਟਿਕ ਹੈ, ਤਾਂ ਇੱਕ ਇੱਥੇ ਬੰਦਾ ਵੀ ਇਹਨੂੰ ਔਨ ਕਰਨ ਵਾਲਾ, ਬੰਦ ਕਰਨ ਵਾਲਾ। ਤਾਂ ਇਹ ਵਿਵਾਦ ਕਿਸ ਤਰੀਕੇ ਨਾਲ ਹੋ ਰਿਹਾ, ਕਿਉਂ ਹੋ ਰਿਹਾ, ਇਹ ਤੁਹਾਨੂੰ ਦੱਸਾਂਗੇ ਕਿ ਪਾਣੀ ਨੂੰ ਲੈ ਕੇ ਕਿ ਇੱਥੋਂ ਪਾਣੀ ਚੱਕ ਕੇ ਦੂਜੇ ਸੈਕਟਰ ਦੇ ਵਿੱਚ ਸਿੱਟਿਆ ਜਾ ਰਿਹਾ। ਤਾਂ ਇੱਥੇ ਬਈ ਹੋਰੀ ਖੜ੍ਹੇ ਹੋਏ ਨੇ, ਤਾਂ MC ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਹੁਣ ਦਾ ਕੇਸ ਨਹੀਂ, ਤਕਰੀਬਨ 2017 ਤੋਂ ਇਹ ਚੱਲਦਾ ਆ ਰਿਹਾ। ਕੋਰਟ ਕੇਸ ਵੀ ਹੋਏ ਤਾਂ ਉਹਨਾਂ ਨੂੰ ਵੀ ਸਟੇਅ ਮਿਲੀ ਸੀਗੀ, ਉਹ ਇਸ ਦੇ ਵਿੱਚ ਜਿੱਤ ਚੁੱਕੇ ਸੀਗੇ, ਪਰ ਇਹ ਕਹਿ ਰਹੇ ਅਸੀਂ ਹੁਣ ਕੋਰਟ ਜਾਵਾਂਗੇ, ਅਸੀਂ ਸਟੇਅ ਲਵਾਂਗੇ ਕਿ ਇਸ ਤਰੀਕੇ ਦੇ ਨਾਲ ਜਿਹੜੀ ਕੁਦਰਤ ਨਾਲ ਖਿਲਵਾੜ ਕਰ ਰਹੀ ਹੈ ਇੱਥੋਂ ਪਾਣੀ ਚੱਕ ਕੇ ਸਾਡੇ ਸੈਕਟਰਾਂ ਦੇ ਵਿੱਚ ਪਾਈ ਜਾ ਰਹੇ ਨੇ। ਤਾਂ ਬਈ ਹੋਰੀ ਨੇ, ਬਈ ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੈਂ ਪੰਜਾਬ ਲੋਕ ਚੈਨਲ ਦਾ ਬਹੁਤ ਬਹੁਤ ਉਹ ਕਰਦਾ, ਤੁਸੀਂ ਆਏ ਸਾਡਾ ਦੁੱਖ ਸੁਣਿਆ। ਮੇਰਾ ਨਾਮ ਹੈ ਜੀ ਅਮਨਦੀਪ ਸਿੰਘ ਗਿੱਲ, ਸੈਕਟਰ 71 ਮੋਹਾਲੀ। ਅਮਨ ਜੀ, ਕੀ ਕਾਰਨ ਕੀ ਹੈ ਜਿਹੜਾ ਇੱਥੇ ਡਿੱਗ ਬਣਿਆ ਹੋਇਆ ਵੱਡਾ ਪਾਣੀ ਵਾਲਾ, ਤੁਸੀਂ ਲਾ ਲਿਓ ਇਲਜ਼ਾਮ ਕਿ ਇੱਥੋਂ ਪਾਣੀ ਚੱਕ ਰਿਹਾ ਸਾਡੇ ਫੇਸ ਦੇ ਵਿੱਚ ਸੈਕਟਰ ਦੇ ਵਿੱਚ ਪਾ ਦਿੰਦੇ, ਕਾਰਨ ਕੀ ਹੈ? ਐਕਚੁਲੀ ਜੀ ਚੱਕਰ ਕੀ ਸੀਗਾ, ਅਸੀਂ ਇੱਥੇ ਰਹਿ ਰਹੇ 94-95 ਤੋਂ ਮੋਹਾਲੀ, ਉਦੋਂ ਤੋਂ ਲੈ ਕੇ 2017 ਤੱਕ ਕਦੇ ਵੀ 71 'ਚ ਪਾਣੀ ਨਹੀਂ ਆਇਆ, ਚਾਹੇ ਜਿੰਨੇ ਮਰਜ਼ੀ ਬਰਸਾਤਾਂ ਹੋਈਆਂ ਜਿੰਨਾ ਮਰਜ਼ੀ ਜੋ ਕੁਛ ਹੋਇਆ ਕਦੇ ਅੱਜ ਤੱਕ ਸਾਡੇ ਪਾਣੀ ਨਹੀਂ ਆਇਆ।
उस तो बाद 2008 क्योंकि ये जो तीन फे सैक्टर है ये बहुत ही नीवा सैक्टर है, तुम मैं दिखाऊँगा भी 2008 ये पीड़ित होकर इन्होंने कोर्ट केस किया। कोर्ट च केस करन दे बाद तुसीं ला लो केस चलता गया 2016 जाके जज साहब ने कहा भी इन्हों का 6 महीने के हल होना चाहिए, ठीक है होना भी चाहिए, जिवें असी अफेक्टेड हाँ 3 फेज भी अफेक्टेड है 7 फेज भी अफेक्टेड है, ये भी साढ़े वर्गे लोग ने, असी कोई इन्हों कोई साडा वो नहीं है, जे ये डुब रहा अज असी भी इन्हों का दुख समझ रहे हैं क्योंकि असी भी डुब रहे हैं। उस तो बाद जज साहब ने गमाडा तो कारपोरेशन करते हुए कहा भी बई जी वीडियो बना रहे थे, बई तुसीं वीडियो बना रहे थे पहला वीडियो कद लई रिकॉर्ड ਭਾਜੀ ਮੈਂ ਵੀ ਆਪਣੇ ਅਫਸਰਾਂ ਨੂੰ ਦਿਖਾ ਦਾਂਗਾ ਬਈ ਇਦਾਂ ਇਦਾਂ ਦੀ ਗੱਲ ਹੈ ਬਈ ਤੁਸੀਂ ਆ ਕੇ ਜਵਾਬ ਕਰੋ। ਹਾਂਜੀ ਭਾਜੀ ਹਰ ਚੀਜ਼ ਦਾ ਜਵਾਬ ਦਿਓ, ਹਰ ਚੀਜ਼ ਦਾ ਮਤਲਬ ਆਪ ਕੀ ਪੁੱਛਣਾ ਚਾਹੁੰਦੇ ਹੋ ਸਰ? ਤੁਸੀਂ ਵੀਡੀਓ ਰ ਪ੍ਰੂਫ ਰੱਖ ਰਹੇ ਹੋ ਨਾ ਨਾ ਤਾਂ ਇਸ ਬਾਰੇ ਦੱਸੋ ਤੁਸੀਂ ਇਹ ਜਿਹੜੀ ਚੀਜ਼ ਹੈ ਇਹ ਚੀਜ਼ ਤੁਸੀਂ ਸਾਰੇ ਕਿਸੇ ਦਾ ਜਵਾਬ ਦਿਓ ਇਹ ਕਿਉਂ ਹੋ ਰਿਹਾ ਪਾਣੀ ਕਿਉਂ ਜਾ ਰਿਹਾ ਇਹਨਾਂ ਦੇ ਸੈਕਟਰ ਦੇ ਵਿੱਚ? ਭਾਜੀ ਆਪਾਂ ਇਹ ਨਹੀਂ ਕਹਿ ਸਕਦੇ ਆਪਾਂ ਉੱਥੇ ਜਾ ਰਹੇ, ਦੇਖੋ ਜਦੋਂ ਵੱਧ ਪਏ ਬਾਰਿਸ਼ ਪਊਗੀ ਤਾਂ ਪਾਣੀ ਓਵਰ ਫਲੋ ਹੋਏਗਾ ਹੀ ਹੋਏਗਾ, ਇੱਥੇ ਸਟੋਰ ਵਾਸਤੇ ਨਹੀਂ ਬਣਾਇਆ ਹੋਇਆ ਆਪਾਂ ਇਹ ਪਾਣੀ, ਆਪਾਂ ਇਹ ਬਣਾਇਆ ਹੋਇਆ ਇੱਥੇ ਓਵਰ ਫਲੋ ਤਾਂ ਪਾਣੀ ਖੜਦਾ ਵਾ, ਉਹਦੇ ਵਾਸਤੇ ਆਪਾਂ ਰੋਡ ਗਲੀਆਂ ਵੀ ਬਣਾਈ ਹੋਈ ਹੈ ਵੀ ਉਹਦਾ ਕਾਰਨ ਇਹ ਹੈ ਕਿ ਵੀ ਜਦੋਂ ਆਪਣਾ ਸਾਫ਼ ਸਫਾਈ ਹੁੰਦੀ ਹੈ ਰੇਤਾ ਪੈਂਦਾ ਰੋਡ ਗਲੀਆਂ ਬਲੋਕ ਹੋ ਜਾਂਦੀ ਹੈ ਤਾਂ ਪਾਣੀ ਅੱਗੋਂ ਚਲੇ ਜਾਂਦਾ, ਇਹੀ ਕਾਰਨ ਹੈ, ਕੋਈ ਵੱਡਾ ਕਾਰਨ ਨਹੀਂ ਹੈਗਾ। ਉਹ ਤਾਂ ਕਹਿ ਰਹੇ ਨੇ ਕਿ ਉੱਥੋਂ ਵੀਡੀਓ ਦਿਖਾ ਰਹੇ ਆ ਕਹਿੰਦੇ ਪਾਣੀ ਇੰਨਾ ਚੱਲ ਰਿਹਾ ਪੂਰਾ ਫਲਾ, ਉਹ ਜਾ ਵੀ ਰਿਹਾ ਤੁਸੀਂ ਵੀਡੀਓ ਤਾਂ ਉਹ ਵੀਡੀਓ ਦਿਖਾ ਰਹੇ ਹੋ ਤੁਸੀਂ, ਫਿਰ ਕਿਵੇਂ ਕਹਿ ਸਕਦੇ ਹੋ ਉਲਟ ਤੁਸੀਂ ਵੀਡੀਓ ਬਣਾਈ ਜਾਂਦੇ ਹੋ? ਮੈਂ ਤਾਂ ਭਾਜੀ ਉਦਾਂ ਹੀ ਬਣਾਈ ਹੈ, ਮੈਂ ਕਿਹਾ ਅਫਸਰ ਤਾਂ ਤੁਸੀਂ ਤੁਹਾਡੇ ਕੋਲ ਕੀ ਅਧਿਕਾਰ ਵੀਡੀਓ ਬਣਾਉਣ ਦਾ? ਮੈਂ ਡਿਲੀਟ ਮਾਰ ਦਿੰਦਾ ਭਾਜੀ, ਕਿਹੜੀ ਗੱਲ ਹੈ ਇਹਦੇ 'ਚ, ਮੈਂ ਤਾਂ ਉਦਾਂ ਹੀ ਬਣਾਈ ਹੁੰਦੀ ਹੈ। ਆਹ ਵੇਖੋ ਪਾਣੀ ਤਾਂ ਬਹੁਤ ਸੀਗਾ, ਜਵਾਬ ਦਿਓ ਨਾ, ਇਹ ਇੱਥੇ ਕਾਨੂੰਨ ਤੌਰ ਤੇ ਤੁਹਾਨੂੰ ਇਹ ਹੱਕ ਹੈ ਡਿੱਗ ਬਣਾਉਣ ਦਾ ਹੈਗਾ ਕਾਨੂੰਨ ਤੌਰ? ਮੈਂ ਨਹੀਂ ਬਣਾਇਆ ਭਾਜੀ, ਮੈਂ ਨਹੀਂ ਬਣਾਇਆ। ਤੁਸੀਂ ਜਵਾਬ ਦੇ ਹੋ, ਤੁਸੀਂ ਵੀਡੀਓ ਰਿਕਾਰਡ ਕਰ ਰਹੇ ਹੋ? ਭਾਜੀ ਮੈਂ ਨਹੀਂ ਬਣਾਇਆ, ਸਰਕਾਰ ਦਾ ਬਣਾਇਆ ਹੋਇਆ ਹੈ। ਨਹੀਂ ਹੈਗਾ ਹੱਕ ਹੈਗਾ ਕਾਨੂੰਨ ਤੌਰ? ਨਹੀਂ ਹੈ ਨਹੀਂ, ਉਦਾਂ ਹੱਕ ਤਾਂ ਹੈ ਨਹੀਂ ਭਾਜੀ, ਪਰ ਆਪਾਂ ਤਾਂ ਉਦਾਂ ਹੀ ਬਣਾ ਰਹੇ ਬਈ ਆਪਾਂ ਵੀ ਦਿਖਾ ਸਕੇ ਵੀ ਸਾਡੇ ਜੇਈ ਸਾਹਿਬ ਨੂੰ ਵੀ ਅਫਸਰਾਂ ਨੂੰ ਦਿਖਾ ਸਕੇ ਬਈ ਇੱਦਾਂ ਇੱਦਾਂ ਦੀ ਗੱਲ ਹੈ ਵੀ ਤੁਸੀਂ ਕੋਈ ਹੱਲ ਕਰੋ, ਸਾਨੂੰ ਆ ਕੇ ਬਈ ਬੰਦੇ ਬੋਲਦੇ ਆ ਬਈ ਤੁਸੀਂ ਬੰਦ ਕਰ ਦਿਓ ਪੈਪਾਂ ਨੂੰ ਵੀ ਆਪਾਂ ਕੀ ਕਰਾਂਗੇ, ਆਪਾਂ ਤਾਂ ਡਿਊਟੀ ਵਾਲੇ ਬੰਦੇ ਲੇਬਰ ਬੰਦੇ, ਸਾਡਾ ਤਾਂ ਇਹਦੇ 'ਚ ਕੋਈ ਹੱਥ ਨਹੀਂ ਹੈ, ਅਜੇ ਸਾਡੀ ਤਾਂ ਡਿਊਟੀ ਹੈ, ਅਸੀਂ ਤਾਂ ਚਲਾ ਰਹੇ ਨੇ ਇਹ ਚੀਜ਼ਾਂ ਨੂੰ, ਕਿਉਂ ਦੇਖਦੇ ਆ ਬਾਈ ਵੀਡੀਓ ਬਣਾ ਰਿਹਾ ਸੀਗਾ ਤੇ ਇਹ ਕਾਨੂੰਨ ਤੌਰ ਤੇ ਹੱਕ ਹੈਗਾ ਡਿੱਗ ਏਡਾ ਵੱਡਾ ਬਣਾਉਣਾ? ਦਾ ਕਾਨੂੰਨ ਤੌਰ ਤੇ ਕੋਈ ਹੱਕ ਨਹੀਂ ਹੈਗਾ, ਬਗੈਰ ਕਿਸੇ ਨੂੰ ਪੁੱਛੇ ਕੋਈ ਕਿਸੇ ਦੀ ਨਾ ਫੋਟੋ ਖਿੱਚ ਸਕਦਾ ਨਾ ਵੀਡੀਓ ਬਣਾ ਸਕਦਾ, ਸ਼ਾਇਦ ਇਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ, ਇਹਨਾਂ ਨੂੰ ਪਤਾ ਹੋਣਾ ਚਾਹੀਦਾ, ਸੋ ਇਹਨਾਂ ਨੂੰ ਇਹ ਕਰਨਾ ਨਹੀਂ ਚਾਹੀਦਾ। ਸਗੋਂ ਕਿ ਇਹ ਵੀ ਇੱਕ ਆਮ ਇਨਸਾਨ ਹੀ ਹੈ ਸਾਡੇ ਵਾਂਗੂ, ਆਮ ਇਨਸਾਨ ਨੌਕਰੀ ਕਰ ਰਿਹਾ, ਚਲੋ ਆਪਾਂ ਇਹਦੇ 'ਤੇ ਨਹੀਂ ਟਿੱਪਣੀ ਕਰਾਂਗੇ, ਪਰ ਕਹਿਣ ਦਾ ਭਾਵ ਇਹ ਹੈ ਚਲੋ ਠੀਕ ਹੈ ਇਹਨਾਂ ਨੇ ਪੰਪ ਲਾਏ 3 ਫੇਸ 7 ਫੇਸ ਨੂੰ ਬਚਾਇਆ, ਪਰ ਇਹ ਘੱਟੋ ਘੱਟ ਸਾਨੂੰ ਅਫੈਕਟਡ ਤਾਂ ਨਾ ਕਰਦੇ, ਪ੍ਰੋਪਰ ਸਲਿਊਸ਼ਨ ਕਰਦੇ। ਉਹ ਟਾਈਮ 'ਤੇ ਜਿਹੜੀਆਂ ਵੀ ਸਰਕਾਰਾਂ ਸੀ, ਜਿਹੜੀ ਵੀ ਕਾਰਪੋਰੇਸ਼ਨ ਸੀ ਜਾਂ ਗਮਾਡਾ ਦੇ ਜਿਹੜੇ ਵੀ ਅਫਸਰ ਸੀ, ਉਹਨਾਂ ਨੂੰ ਉਹਨਾਂ ਨੇ ਹੱਲ ਕੀਤਾ ਸੀ, ਕਹਿੰਦੇ ਵਧੀਆ ਕੀਤਾ, ਪਰ ਉਹਨਾਂ ਨੂੰ ਹੱਲ ਵਧੀਆ ਕਰਨਾ ਚਾਹੀਦਾ ਸੀ ਵੀ ਪ੍ਰੋਪਰ ਚੈਨਲ ਥਰੂ ਪਾਣੀ ਜਾਵੇ, ਪਰ ਪ੍ਰੋਪਰ ਚੈਨਲ ਥਰੂ ਤਾਂ ਪਾਣੀ ਗਿਆ ਨਹੀਂ, ਪ੍ਰੋਪਰ ਚੈਨਲ ਥਰੂ ਤਾਂ ਪਾਣੀ ਗਿਆ ਨਹੀਂ। ਇਹਨਾਂ ਨੇ ਪੰਪ ਲਾ ਕੇ ਆ ਦੇਖੋ, ਠੀਕ ਹੈ ਜੱਜ ਸਾਹਿਬ ਨੇ 6 ਮਹੀਨੇ ਦਾ ਟਾਈਮ ਦਿੱਤਾ ਸੀਗਾ ਗਮਾਡਾ ਨੂੰ ਅਤੇ ਕਾਰਪੋਰੇਸ਼ਨ ਨੂੰ ਵੀ ਇਹਦਾ ਹੱਲ ਕੀਤਾ ਜਾਵੇ, ਇਹਨਾਂ ਨੇ ਉੱਥੇ ਐਫੀਡੇਵਿਟ ਸਾਈਨ ਕਰਕੇ ਕਰਤਾ ਵੀ ਅਸੀਂ 48 ਇੰਚ ਦੀ ਪੈਪ ਪਾ ਕੇ ਲਖਨੌਰ ਚੋਈ 'ਚ ਸਿੱਟਤੀ, ਪਰ ਅੱਜ ਦੀ ਡੇਟ 'ਚ ਆਪਾਂ ਦੇਖੀਏ ਪਾਈਪ ਕੋਈ ਨਹੀਂ, ਸ਼ਰਿਆਂ ਪਾਣੀ ਸੜਕ 'ਤੇ ਗਿਰ ਰਿਹਾ, ਜਿਵੇਂ ਦਾ ਪੰਪ ਆ 7 ਫੇਸ ਲੱਗਿਆ ਐਵੇਂ ਨਾਲ ਹੀ ਰੋਡ ਕ੍ਰੋਸ ਕਰਕੇ ਪੈਰਲਰ 3 ਫੇਸ ਵੀ ਲੱਗਿਆ, ਮੈਂ ਤੁਹਾਨੂੰ ਉਹ ਵੀ ਦਿਖਾਉਣਾ। ਦੋ ਪੰਪ ਇਹ 24-24 ਹੋਰਸ ਪਾਵਰ ਦੇ ਜਾਂ ਪਾਣੀ ਸਿੱਟਦੇ ਨੇ ਪ੍ਰੈਸ਼ਰ ਨਾਲ, ਤੁਸੀਂ ਮੰਨੋਗੇ ਨਹੀਂ, ਜਦ ਚਲੋ ਫਲੋ ਤਾਂ ਆ ਰਿਹਾ ਜਿਹੜਾ ਨੋਰਮਲ ਫਲੋ ਆ ਰਿਹਾ, ਅਸੀਂ ਉਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ, ਇੱਕ ਨੋਰਮਲ ਫਲੋ ਹੋ ਗਿਆ। ਨੋਰਮਲ ਫਲੋ ਨਾਲ ਕੀ ਹੁੰਦਾ ਜੀ, ਜਿਹੜਾ ਪਾਣੀ ਹੌਲੀ ਹੌਲੀ ਆਉਣਾ ਉਹ ਗਟਰ ਸੱਕ ਕਰ ਲੈਂਦੇ ਆ, ਪਾਣੀ ਨਿਕਲ ਜਾਂਦਾ, ਪਰ ਜਦ ਇੱਕਦਮ ਆਪਾਂ ਇੰਨੇ ਹੋਰਸ ਪਾਵਰ ਦਾ ਦੇਖੋ ਆਟੋਮੈਟਿਕ ਸਾਰਾ ਸਿਸਟਮ ਲੱਗਿਆ ਹੋਇਆ, ਇਹ ਪਾਣੀ ਇੱਕਦਮ ਇੰਨੇ ਪ੍ਰੈਸ਼ਰ ਨਾਲ ਸਿੱਟਦਾ, ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂੰਗਾ, ਉਹ ਸਿੱਧਾ ਆ ਕੇ ਸਾਡੇ ਸੈਕਟਰ ਵੱਲ ਨੂੰ ਐਂਟਰ ਕਰਦਾ। ਕੁਦਰਤ ਨਾਲ ਹੀ ਖਿਲਵਾੜ ਹੈ ਵੀ ਜੇ ਇੱਥੋਂ ਪ੍ਰੈਸ਼ਰ ਨਾਲ ਪਾਣੀ ਉੱਧਰ ਨੂੰ ਧੱਕਤਾ, ਰੋਡ ਵੀ ਪੱਟੇਗਾ ਜੇ ਪ੍ਰੈਸ਼ਰ ਨਾਲ ਪਾਣੀ ਚੱਲ ਰਿਹਾ, ਜੋ ਵੀ ਕੁਛ ਹੈਗਾ ਨੁਕਸਾਨ ਮਤਲਬ ਕਰੇਗਾ ਜੀ। ਮੈਂ ਕਹਿਣਾ ਚਾਹੁੰਦਾ ਅੱਜ ਮੈਨੂੰ ਬੜੀ ਹੀ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਅਸੀਂ 71 ਵਰਗੇ ਐਡੇ ਡਿਵੈਲਪ ਸੈਕਟਰ 'ਚ ਰਹਿ ਰਹੇ ਹਾਂ, ਸਾਡਾ ਪਿੰਡਾਂ ਨਾਲੋਂ ਬੱਤਰ ਹਾਲ ਹੋਇਆ ਪਿਆ। ਏਅਰਪੋਰਟ ਰੋਡ, ਮੈਂ ਅੱਜ ਗਮਾਡਾ ਨੂੰ ਵੀ ਇੱਕ ਸਵਾਲ ਪੁੱਛਣਾ ਚਾਹੁੰਦਾ, ਠੀਕ ਹੈ ਗਮਾਡਾ ਜਦ ਕੋਈ ਵੀ ਕੋਠੀ ਬਣਦੀ ਹੈ, ਕੋਈ ਵੀ ਸ਼ੋਰੂਮ ਬਣਦਾ, ਤਾਂ ਉੱਥੇ ਪਲਿੰਥ ਲੈਵਲ ਚੈੱਕ ਕਰਿਆ ਜਾਂਦਾ ਵੀ ਇੰਨੇ ਪਲਿੰਥ 'ਤੇ ਇੰਨੀ ਹਾਈਟ ਹੋਣੀ ਚਾਹੀਦੀ ਹੈ। ਅੱਜ ਮੈਂ ਗਮਾਡਾ ਨੂੰ ਇਹ ਸਵਾਲ ਕਰਨਾ ਚਾਹੁੰਦਾ ਵੀ ਏਅਰਪੋਰਟ ਰੋਡ ਇੰਨੀ ਉੱਚੀ ਬਣੀ ਹੈ, ਉਹਦਾ ਪਲਿੰਥ ਲੈਵਲ ਕਿਉਂ ਨਹੀਂ ਅੱਜ ਤੱਕ ਚੈੱਕ ਕਰਿਆ ਇਹਨਾਂ ਨੇ? ਕਹਿਣ ਦਾ ਮਕਸਦ ਮੇਰਾ ਇਹ ਹੈ, ਠੀਕ ਹੈ ਹੁਣ ਆਪਣੇ ਆਰਡਰ ਹੋਇਆ ਹੋਇਆ ਵੀ ਜਿੰਨੀਆਂ ਵੀ ਸੜਕਾਂ ਬਣਨਗੀਆਂ ਇਹ ਪੱਟ ਕੇ ਫਿਰ ਬਣਨਗੀਆਂ। ਆਪਣੇ ਇੱਥੇ ਕੀ ਚੱਲ ਰਿਹਾ, ਸੜਕਾਂ ਉੱਪਰ ਹੋਰ ਸੜਕਾਂ ਉੱਪਰ ਬਣਾਈ ਜਾਂਦੇ ਆ, ਕੋਠੀਆਂ ਨੀਵੀਆਂ ਹੋਈ ਜਾਂਦੀਆਂ ਅਤੇ ਅਸੀਂ ਡੁੱਬਣਾ ਹੀ ਹੈ ਜੀ, ਮੇਨ ਕਾਰਨ ਇਹਦਾ ਇਹ ਹੈ। ਹੁਣ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਠੀਕ ਹੈ ਕਾਰਪੋਰੇਸ਼ਨ ਚਾਹੇ ਸਰਕਾਰਾਂ ਚਾਹੇ ਜਿਹਦੇ ਵੀ ਚਾਹੇ ਗਮਾਡਾ, ਸਾਡਾ ਇਹ ਛੇਤੀ ਤੋਂ ਛੇਤੀ ਹੱਲ ਕੀਤਾ। ਪਿੱਛੇ ਜੇ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂੰਗਾ ਜੀ, ਅਸੀਂ ਇੱਥੇ ਜਾਮ ਕੀਤਾ ਸੀ 3-7 ਦੇ, ਸਾਡੇ ਘਰਾਂ 'ਚ ਪਾਣੀ ਵੜ ਗਿਆ ਸੀਗਾ। ਉਹ ਤੋਂ ਬਾਅਦ ਪਾਣੀ ਵੜਨ ਤੋਂ ਬਾਅਦ ਇੱਥੇ
असी ना तो सरकार तो पैसा लैके खाना ना असी कारपोरेशन तो ना गमाडा तो असी आपकी मेहनत करके आप कमाना पर असी इन्ने सोहनी सहूलत वाले सैक्टर च रह के असी डुब रहे हैं असी बस एक यही फरियाद कर रहे हैं भी घट्टो घट साडा सल्यूशन का हल कर दो जे ये भी नहीं कर सकते तो मैं कहना ये तो शर्म वाली गल भी कह रहे हो कि भवें तीन फेज़ है भवें सत्त फेज़ है ये इफेक्टड ने यह भी उस चीज़ नाल भुगत रहे हैं पर यह अल्टरनेटिव कढ़ना चाहिए सीगा जां फिर तुहानू तुहाडे सैक्टर नू इस दे विच मुसीबत दे पाना चाहिए यह फिर किहदा प्लान सीगा कि इत्थे यह टैंक ला दिए वड्डा इतों पानी जिहड़ा चक चक के उधर नू मारी जाए किहदा प्लान सीगा कोई हैगा किसी का बंदे का वेन ने तैयार कराया सीगा जां इह किसी सरकारी अधिकारी का रोड मैप सीगा। हाँ जी जो मेरे कोल कोर्ट दे ऑर्डर आए हैं उहदे च जज साहब ने 6 महीने का टाइम दिता सीगा उहदे च कॉरपोरेशन ते कमांडर नू झाड़ पाउंदे होए इन्नी गल कही सी भी 6 महीने दे विच विच इहदा हल कीता जाणा चाहीदा ਸਾਨੂੰ ਪਤਾ ਜਦ ਕੋਰਟ ਦੇ ਆਰਡਰ ਹੁੰਦੇ ਆ ਤਾਂ ਚਾਹੇ ਸਰਕਾਰਾਂ ਕਾਰਪੋਰੇਸ਼ਨ ਨੋਰਮਲ ਬੰਦੇ ਦੀ ਨਾ ਸੁਣਨ ਪਰ ਉਹ ਸਰਕਾਰਾਂ ਦੀ ਬੜੀ ਬਿਹਤਰੀ ਨਾਲ ਸੁਣਦੇ ਨੇ। ਠੀਕ ਹੈ ਉਹਨਾਂ ਨੇ 6 ਮਹੀਨੇ ਦਾ ਟਾਈਮ ਦਿੱਤਾ 6 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੇ ਪੰਪ ਲਾ ਕੇ ਗਮਾਡਾ ਵੱਲੋਂ ਭੇਜ ਦਿੱਤਾ ਗਿਆ ਜੱਜ ਸਾਹਿਬ ਨੂੰ ਸੀਸੀ ਕਰਕੇ ਵੀ ਅਸੀਂ ਇੱਥੇ ਟੈਂਕ ਲਾ ਕੇ ਪਾਣੀ ਕੱਢਤਾ। ਠੀਕ ਹੈ ਜੀ ਮੰਨ ਲਿਆ ਪਾਣੀ ਕੱਢਤਾ ਪਰ ਪਾਣੀ ਕੱਢ ਕੇ ਤੁਸੀਂ ਇਹਨਾਂ ਨੂੰ ਤਾਂ ਬਚਾ ਲਿਆ ਤੁਸੀਂ ਅਗਲਾ ਸੈਕਟਰ ਡਬੋਤਾ। ਉਹ ਤੋਂ ਬਾਅਦ ਮੈਂ ਗਮਾਡਾ ਨੂੰ ਇਹ ਪੁੱਛਣਾ ਚਾਹੁੰਦਾ ਵੀ ਸੜਕ ਦਾ ਲੈਵਲ ਅੱਜ ਏਅਰਪੋਰਟ ਰੋਡ ਦਾ ਲੈਵਲ ਉੱਚਾ ਸਾਡਾ ਨੀਵਾਂ ਹੈ। ਮੈਂ ਅੱਜ ਗਮਾਡਾ ਨੂੰ ਇਹ ਵੀ ਪੁੱਛਣਾ ਚਾਹੁੰਦਾ ਵੀ ਅੱਜ ਉਹ ਪਲਿੰਥ ਸਿਸਟਮ ਤੁਹਾਡਾ ਕਿੱਥੇ ਹੈ ਵੀ ਤੁਸੀਂ ਕਹਿੰਦੇ ਵੀ 1.5 ਫੁੱਟ ਉੱਪਰ ਹੋਣਾ ਚਾਹੀਦਾ ਸੜਕਾਂ ਨੀਵੀਆਂ ਹੋਣੀਆਂ ਚਾਹੀਦੀਆਂ ਅੱਜ ਏਅਰਪੋਰਟ ਰੋਡ ਉੱਚੀ ਹੈ ਅੱਜ ਮੈਂ ਗਮਾਡਾ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਵੀ ਇਹ ਕਿਉਂ ਤਾਂ ਇਸ ਦਾ ਹੁਣ ਹੱਲ ਕੀ ਨਿਕਲੇਗਾ ਜਿਵੇਂ ਤੁਸੀਂ ਕਹਿੰਦੇ ਮੈਂ ਵੀ ਅਸੀਂ ਵੀ ਕੋਰਟ ਜਾਵਾਂਗੇ ਸਟੇ ਲਵਾਂਗੇ ਕਿ ਇਹ ਮੈਂ ਤੁਹਾਨੂੰ ਹੋਰ ਦੱਸਦਾ 2017 'ਚ ਸਾਡੇ ਜਿੰਨੇ ਬਜ਼ੁਰਗ ਸੀਗੇ ਉਹ ਗਮਾਡਾ 'ਚ ਜਾ ਸਿੱਧੂ ਸਾਹਿਬ ਕੋਲ ਜਾ ਕਿਹਦੇ ਕੋਲ ਜਾ ਮੇਅਰ ਕੋਲ ਜਾ ਸਾਰਿਆਂ ਕੋਲ ਗਏ ਕੋਈ ਅਧਿਕਾਰੀ ਇਹੋ ਜਿਹਾ ਨਹੀਂ ਵੀ ਜਿਹਦੇ ਕੋਲ ਉਹ ਨਹੀਂ ਗਏ ਸਾਰੇ ਅਧਿਕਾਰੀਆਂ ਕੋਲ ਗਏ ਸਭ ਲੈਟਰਾਂ ਦਿੱਤੀਆਂ ਗਮਾਡਾ ਨੂੰ 2017 ਦੀਆਂ ਵੀ ਦਿੱਤੀਆਂ ਹੋਈਆਂ ਪਰ 2017 ਤੋਂ ਮੈਂ ਕਹਿੰਦਾ ਅੱਜ 23 ਆ ਗਿਆ ਬੜੀ ਸ਼ਰਮ ਵਾਲੀ ਗੱਲ ਹੈ ਵੀ ਕਿਸੇ ਤੋਂ ਪੇਪਰ ਨਹੀਂ ਸਰੀਆਂ ਇੱਥੇ ਤਾਂ ਅਮਨ ਬਾਈ ਸੀਗੇ ਇਹ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਚੀਜ਼ ਹੋ ਰਹੀ ਹੈ ਪਾਣੀ ਚੱਕ ਚੱਕ ਕੇ ਉੱਧਰ ਸਿੱਟਿਆ ਜਾ ਰਿਹਾ ਇਹਨਾਂ ਦਾ ਇਹ ਵੀ ਕਹਿਣਾ ਕਿ ਅਸੀਂ ਇਸ ਚੀਜ਼ ਦੇ ਨਾਲ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਕਿ ਭਾਵੇਂ 3 ਫੇਜ਼ ਆ ਭਾਵੇਂ 7 ਫੇਜ਼ ਆ ਇਹ ਵੀ ਇਫੈਕਟਡ ਨੇ ਜੇ ਅਗਰ ਕੁਦਰਤੀ ਤੌਰ 'ਤੇ ਪਾਣੀ ਆ ਰਿਹਾ ਕਿਉਂਕਿ ਜਿਹੜੇ ਇਸ ਸੈਕਟਰ ਦੇ ਲੋਕ ਨੇ ਉਹ ਵੀ ਕਹਿ ਰਹੇ ਕਿ ਚੰਡੀਗੜ੍ਹ ਵੱਲੋਂ ਪਾਣੀ ਆਉਂਦਾ ਉੱਧਰੋਂ ਵਹਾਅ ਆਉਂਦਾ ਤਾਂ ਇਹ ਸੈਕਟਰ ਡੁੱਬ ਜਾਂਦਾ ਤਾਂ ਇਸ ਦਾ ਅਲਟਰਨੇਟਿਵ ਸੀਗਾ ਇਹ ਬੋਰ ਲਗਾ ਦਿੱਤਾ ਇੱਥੋਂ ਪਾਣੀ ਚੱਕ ਕੇ ਜਿਹੜਾ ਬਾਹਰ ਨੂੰ ਮਾਰਦਾ ਪਰ ਇਹ ਪਾਣੀ ਸਿੱਧਾ ਕਤਰ ਸੈਕਟਰ ਨੂੰ ਜਾਂਦਾ ਅਤੇ ਇਹ ਫਰਿਆਦ ਰੱਖ ਰਹੇ ਨੇ ਕਿ ਇਸ ਦਾ ਹੱਲ ਕਰ ਦਿੱਤਾ ਜਾਵੇ ਕਿ ਇਹ ਵੀ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਰਟ ਦੇ ਵਿੱਚ ਜਾਵਾਂਗੇ ਸਟੇ ਲਵਾਂਗੇ ਤਾਂ ਉਸ ਤੋਂ ਬਾਅਦ ਕੀ ਤਸਵੀਰਾਂ ਹੁੰਦੀਆਂ ਨੇ ਇਹ ਅਸੀਂ ਦੇਖਾਂਗੇ ਕਿ ਇਸ 'ਤੇ ਕੋਈ ਹੱਲ ਹੁੰਦਾ ਹੈ ਜਾਂ ਨਹੀਂ ਕਿਉਂਕਿ 2017 ਤੋਂ ਲੈ ਕੇ ਹੁਣ ਤੱਕ ਇਹ ਕੇਸ ਲਮਕਦੇ ਆ ਰਹੇ ਨੇ ਕੋਈ ਕਹਿੰਦੇ ਅਧਿਕਾਰੀ ਕੰਮ ਕਰਦਾ ਨਜ਼ਰ ਨਹੀਂ ਆ ਰਿਹਾ। ਵਿਚਾਰ ਜੀ ਸਾਂਝੇ ਕਰੋ ਕਿਵੇਂ ਸਹਿਯੋਗ ਦੇ ਸੀ ਸ਼ਿਵਾ ਧੰਨਵਾਦ।